पंजाबी गायक सिद्धू मूसेवाला दे कतल केस च शामिल गैंगस्टर मन्नू कुस्सा ते जगरूप रूपा नू कल अमृतसर दे पिंड च पुलिस वालों ढेर कर दिता गया। एडीजीपी वालों प्रेस कॉन्फ्रेंस करके अहम गल्लां ते चानना पाया गया है। उन्हां कहा कि असी सीएम भगवंत मान दे नक्शे कदम ते चलांगे ते पंजाब नू जल्द ही गैंगस्टर ते नशा मुक्त बनावांगे। उन्हां कहा कि सिद्धू मूसेवाला दे कतल तो बाद ਇਹ ਜਿਹੜੇ ਦੋ ਗੈਂਗਸਟਰ ਸਨ ਮੰਨੂ ਕੁੱਸਾ ਤੇ ਜਗਰੂਪ ਰੂਪਾ ਇਹਨਾਂ ਗੈਂਗਸਟਰਸ ਨੂੰ ਪੁਲਿਸ ਵੱਲੋਂ ਲਗਾਤਾਰ ਟਰੇਸ ਕੀਤਾ ਜਾ ਰਿਹਾ ਸੀ। ਇਹ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਚੱਲ ਰਹੇ ਸਨ ਤੇ ਕੱਲ੍ਹ ਪੁਲਿਸ ਨੂੰ ਇਹਨਾਂ ਦੇ ਬਾਰਡਰ ਨੇੜਲੇ ਪਿੰਡ ਭਕਨਾ 'ਚ ਮਿਲਣ ਦੀ ਜਿਹੜੀ ਸੂਹ ਮਿਲੀ ਸੀ, ਜਿਸ ਆਧਾਰ 'ਤੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇਹਨਾਂ ਨੂੰ ਘੇਰਾ ਪਾਇਆ ਗਿਆ ਤੇ ਸਰੈਂਡਰ ਕਰਨ ਲਈ ਬਾਰ ਬਾਰ ਕਿਹਾ ਗਿਆ, ਪਰ ਸਰੈਂਡਰ ਕਰਨ ਲਈ ਕਹਿਣ ਦੇ ਬਾਵਜੂਦ ਵੀ ਇਹਨਾਂ ਗੈਂਗਸਟਰਸ ਵੱਲੋਂ ਸਰੈਂਡਰ ਨਾ ਕੀਤਾ ਗਿਆ। 4-5 ਘੰਟੇ ਤੱਕ ਦੋਵਾਂ ਪਾਸਿਆਂ ਤੋਂ ਫਾਇਰਿੰਗ ਜਿਹੜੀ ਹੁੰਦੀ ਰਹੀ, ਜੋ ਕਿ ਕਿਸੇ ਫਿਲਮੀ ਸੀਨ ਤੋਂ ਘੱਟ ਨਹੀਂ ਸੀ। 4-5 ਘੰਟੇ ਦੀ ਮੁਸ਼ਕਤ ਤੋਂ ਬਾਅਦ ਪੁਲਿਸ ਵੱਲੋਂ ਗੈਂਗਸਟਰਸ ਨੂੰ ਢੇਰ ਕਰ ਦਿੱਤਾ ਗਿਆ। ਜਿਹੜੇ ਦੋ ਮੇਨ ਸ਼ੂਟਰਸ ਵਾਂਟਡ ਸੀਗੇ ਸਿੱਧੂ ਮੂਸੇਵਾਲਾ ਜੀ ਕੇ ਮਰਡਰ ਦੇ ਵਿੱਚ, ਉਹਦੇ 'ਚ ਇੱਕ ਮਨੂ, ਦੂਜਾ ਰੂਪਾ, ਇਨਕਾਊਂਟਰ ਐਕਸਚੇਂਜ ਆਫ ਫਾਇਰ ਮੇ ਉਨ ਦੋਨੋਂ ਕੀ ਡੈਥ ਹੋਈ। लगातार फायरिंग की गई, उसमें हथियार आधुनिक बताए जा रहे, उसके बारे में क्या जानकारी है, कैसे जेड़ी 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 साढ़े को इनफॉरमेशन सीगी, उन्हां दी मूवमेंट इस एरिया दे विच ऑब्जर्व की गई सीगी। एंटी गैंगस्टर टास्क फोर्स प्लस विद द हेल्प ऑफ लोकल पुलिस वी ट्राई टू सराउंड देम, इस मकान दे विच उन्हां दा घेरा पिया, एक्सचेंज ऑफ फायर हुआ, उस तो बाद इन्हां दी डेथ हुई। सर किन्ने दी मौत हुई, की नाम ने उन्हां? दो बंदियां दी डेथ हुई है, जगरूप रूपा ते मन्ना। पुलिस बाकी कोई हिरासत भी दित्ता गया, तीन कर्मचारी जख्मी है, बट दे आर आउट ऑफ डेंजर। सर कोई जानकारी सामने आई कि किस तरह इत्थे पहुंचे सन, की कारण सी, इस घर दे विच टारगेट कीता गया, कि असला जमा कीता सी, लैण आए सी, जां कोई होर जानकारी? ए सारी गल्लां तफ्तीश तों बाद तुहानूं दस्सी जाणगे। सर पता लग गया केड़े राइफल सीगे, केड़े AK-47 वी सी कि उन्हां दे कोल? AK-47 बराबर। केड़े सर हथियार सीगे? एक AK-47 एक पिस्टल हैगी है, एज आई सेड अर्लियर आल्सो एक बैग भी हैगा, बट उथे ग्रेनेड भी हो सकते, कुछ भी हो सकता है, तो बीडी टीम एफएसएल टीम चेक करूंगी, उस तो बाद ही तुम दस सकते कि पता चलिया कि ये लोग इथे पहुंचे ने या इनदा पीछा किया गया। दिस इज ये एंटी गैंगस्टर टास्क फोर्स की तफ्तीश है, जिदेश करके इथे निकलिया सर। ये गल अजे अजे मैं कुछ नहीं कह सकता, दो बंदे दी डेथ हुई है। थैंक यू सो मच। सिद्धू मूसेवाला कतल केस च मारे गए दो शूटरां बारे वड्डे खुलासे होए ने। ਕਿਹਾ ਜਾ ਰਿਹਾ ਹੈ ਕਿ ਇਹ ਦੋਵੇਂ ਸ਼ੂਟਰ, ਇਹ ਦੋਵੇਂ ਗੈਂਗਸਟਰ ਪਾਕਿਸਤਾਨ ਭੱਜਣ ਦੀ ਫਿਰਾਕ ਵਿੱਚ ਸਨ। ਜੀ ਹਾਂ, ਤੁਹਾਨੂੰ ਦੱਸੀਏ, ਪਾਕਿਸਤਾਨ 'ਚ ਅੱਤਵਾਦੀ ਰਿੰਦਾ ਕੋਲ ਜਾਣ ਦੀ ਤਿਆਰੀ ਵਿੱਚ ਸਨ ਇਹ ਦੋਵੇਂ ਸ਼ੂਟਰ। ਜਾਣਕਾਰੀ ਮਿਲੀ ਹੈ ਕਿ ਇਸੇ ਕਰਕੇ ਇਹ ਦੋਵੇਂ ਗੈਂਗਸਟਰਾਂ ਨੇ ਬਾਰਡਰ ਨੇੜਲੇ ਪਿੰਡ 'ਚ ਪਨਾਹ ਲਈ ਸੀ। ਇਸ ਤੋਂ ਪਹਿਲਾਂ ਇਹ ਲਗਾਤਾਰ ਆਪਣੇ ਟਿਕਾਣੇ ਬਦਲ ਰਹੇ ਸਨ, ਪੁਲਿਸ ਦੀ ਗ੍ਰਿਫਤ 'ਚੋਂ ਬਾਹਰ ਸਨ, ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਵਿਦੇਸ਼ ਭੱਜਣ ਲਈ ਨਕਲੀ ਪਾਸਪੋਰਟ ਬਣਾਉਣ ਦੀ ਕੋਸ਼ਿਸ਼ ਵੀ ਇਹਨਾਂ ਵੱਲੋਂ ਜਿਹੜੀ ਹੈ ਉਹ ਕੀਤੀ ਗਈ ਸੀ। ਸੋ ਹੁਣ ਸੂਤਰਾਂ ਦੇ ਹਵਾਲੇ ਦੇ ਨਾਲ ਜਿਹੜੀ ਜਾਣਕਾਰੀ ਮਿਲ ਰਹੀ ਹੈ ਉਹ ਇਹ ਹੈ ਕਿ ਇਹ ਦੋਵੇਂ ਗੈਂਗਸਟਰ ਗੁਆਂਢੀ ਮੁਲਕ ਪਾਕਿਸਤਾਨ ਭੱਜਣ ਵਾਲੇ ਸਨ, ਪਰ ਪੁਲਿਸ ਨੂੰ ਮਿਲੀ ਸੂਹ ਦੇ ਆਧਾਰ 'ਤੇ, ਪੁਲਿਸ ਨੂੰ ਮਿਲੀ ਸੀਕ੍ਰੇਟ ਇਨਫੋਰਮੇਸ਼ਨ ਦੇ ਆਧਾਰ 'ਤੇ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਇਹਨਾਂ ਨੂੰ ਘੇਰਾ ਪਾ ਲਿਆ ਤੇ ਇਹਨਾਂ ਨੂੰ ਲਗਾਤਾਰ ਪੁਲਿਸ ਵੱਲੋਂ ਸਰੈਂਡਰ ਕਰਨ ਲਈ ਕਿਹਾ ਜਾ ਰਿਹਾ ਸੀ, ਪਰ ਇਹਨਾਂ ਨੇ ਸਰੈਂਡਰ ਜਿਹੜਾ ਹੈ ਉਹ ਨਾ ਕੀਤਾ, ਸਗੋਂ ਇਹਨਾਂ ਵੱਲੋਂ ਪੁਲਿਸ ਤੇ ਫਾਇਰਿੰਗ ਸ਼ੁਰੂ ਕੀਤੀ ਗਈ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਹੈ ਜਿਹੜੀ ਕੀਤੀ ਗਈ ਤੇ 4-5 ਘੰਟੇ ਚੱਲੇ ਮੁਕਾਬਲੇ ਦੇ ਵਿੱਚ ਇਹ ਦੋਵੇਂ ਸ਼ਾਰਪ ਸ਼ੂਟਰ ਮੰਨੂ ਕੁੱਸਾ ਤੇ ਜਗਰੂਪ ਰੂਪਾ, ਜੋ ਲਗਾਤਾਰ ਫਰਾਰ ਚੱਲ ਰਹੇ ਸਨ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ, ਕੱਲ ਉਹ ਅੰਮ੍ਰਿਤਸਰ ਦੇ ਪਿੰਡ ਬਾਰਡਰ ਲਾਗਲੇ ਪਿੰਡ 'ਚ ਐਨਕਾਊਂਟਰ 'ਚ ਮਾਰੇ ਗਏ। ਸੋ ਹੁਣ ਜਿਹੜੀ ਸੂਤਰਾਂ ਦੇ ਹਵਾਲੇ ਦੇ ਨਾਲ ਇਹਨਾਂ ਦੋਵਾਂ ਸ਼ੂਟਰਾਂ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਮਿਲ ਰਹੀ ਹੈ, ਜਿਹੜੇ ਵੱਡੇ ਖੁਲਾਸੇ ਹੋ ਰਹੇ ਨੇ, ਉਹ ਇਹ ਹੈ ਕਿ ਇਹ ਦੋਵੇਂ ਸ਼ੂਟਰ ਹੁਣ ਪਾਕਿਸਤਾਨ ਭੱਜਣ ਵਾਲੇ ਸਨ, ਪਾਕਿਸਤਾਨ ਭੱਜਣ ਦੀ ਤਿਆਰੀ ਵਿੱਚ ਸਨ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਨੈਸ਼ਨਲ ਬੱਸ ਚੈਨਲਸ, ਰਫ ਯੂਟਿਊਬ, ਫੇਸਬੁੱਕ ਤੇ ਇੰਸਟਾਗ੍ਰਾਮ ਤੇ।